ਹਾਂਜੀ ਸਤਿ ਸ੍ਰੀ ਅਕਾਲ ਜੀ ਮੇਰੇ ਸਾਰੇ ਹੀ ਸਤਿਕਾਰਯੋਗ ਕਿਸਾਨ ਭਰਾਵਾਂ ਨੂੰ ਜੀ ਕਾਲਾ ਸਿੰਘ ਸੰਧੂ ਸਰਦੂਲਗੜ ਜ਼ਿਲ੍ਹਾ ਮਾਨਸਾ ਸਵਾਗਤ ਆ ਸਾਰੇ ਭਰਾਵਾਂ ਦਾ ਅੱਜ ਗੱਲ ਕਰਦੇ ਆਪਾਂ ਜਿਵੇਂ ਆਪਾਂ ਦਾਲਾਂ ਸਾਰੀਆਂ ਹੀ ਬੀਜ ਸਕਦੇ ਆ ਮਸਰੀ ਮੇਰਾ ਵੱਡਾ ਭਰਾ ਮਸਰੀ ਬੀਜ ਰਿਹਾ ਹਾਂ ਜੀ ਭਾਈ ਇੱਕ ਰੁਕੀ ਭਾਈ ਤੇ ਚਲ ਬੀਜ ਕਿਥੋਂ ਕਾਸੀ ਭਾਈ ਹਸਾਰ ਹਸਾਰ ਤੋਂ ਹਸਾਰ ਤੋਂ ਹਸਾਰ ਤੋਂ ਮੇਰੇ ਭਰਾ ਨੇ ਬੀਜ ਲਿਆਂਦਾ ਮਸਰੀ ਦਾ ਤੇ ਹਲੇਰੀ ਨਾਲ ਬੀਜ ਰਿਹਾਗਾ ਪਹਿਲਾਂ ਪ੍ਰਾਣੇ ਬਜ਼ੁਰਗ ਸੀਗੇ ਉਹ ਉੱਠਾਂ ਨਾਲ ਬੀਜਦੇ ਸੀਗੇ ਮਸਰੀ ਤੇ 5 6 ਕਿਲੋ ਕਿੱਲੇ ਦਾ ਬੀਜ ਪੈਂਦਾਗਾ ਤੇ ਇਹਨੇ ਵਿਸਾਖ ਦੇ ਵਿੱਚ ਪੱਕ ਜਾਣਾ ਕਣਕਾਂ ਤੋਂ ਪਹਿਲਾਂ ਕਣਕਾਂ ਤੋਂ ਪਹਿਲਾਂ ਪੱਕ ਜਾਣਾ ਨਾਲ ਹੀ ਪੱਕ ਜਾਣਾ ਮੰਨੋ ਜਿਹੜੇ ਭਰਾ ਨੇ ਬੀਜਣੀ ਹੋਵੇ ਤਾਂ ਇਹ ਗੱਲ ਜ਼ਰੂਰ ਯਾਦ ਰੱਖਿਓ ਧਿਆਨ ਚ ਰੱਖਿਓ ਅੱਜ 12ਵਾਂ ਮਹੀਨਾ 5 ਤਰੀਕ ਹੋ ਗਈ 12ਵੇਂ ਮਹੀਨੇ ਦੀ ਤੇ ਕੱਲਾ-ਕੱਲਾ ਦਾਣਾ ਮੇਰਾ ਕਿਸਾਨ ਭਰਾ ਪੂਰਾ ਹਾਲੀ ਐ ਪਹਿਲਾਂ ਉੱਠਾ ਨਾਲ ਵੀ ਇਹਨੇ ਬਥੇਰੀਆਂ ਸਰਵਾਂ ਬੀਜੀਆਂ ਨੇ ਬਲਦਾਂ ਨਾਲ ਪੂਰਾ ਸਿਆਣਾ ਕਿਸਾਨ ਆ ਇਹ ਸਰਦਾਰ ਵੀਰ ਸਿੰਘ ਸਰਦੂਲੇ ਵਾਲਾ ਪਿੰਡ ਆ ਮੇਰੇ ਭਰਾ ਦਾ ਤੇ ਅੱਜ ਛੋਟੇ ਭਾਈ ਨੂੰ ਬੋਤਾ ਬਣਾਇਆ ਹੋਇਆ ਕਿਉਂਕਿ ਬੋਤੇ ਹੁਣ ਸਾਡੇ ਕੋਲੇ ਰਹੇ ਨਹੀਂ ਬੋਤੇ ਤਾਂ ਰਹੇ ਨਹੀਂ ਕਿਹਦੇ ਹੁਣ ਬੰਦਿਆਂ ਦੇ ਬੋਤੇ ਬਣਾ ਲਏ ਤੇ ਇਹ ਸਰੋਂ ਖੜੀ ਆ ਥੱਲੇ ਜਿਹੜੀ ਤੁਹਾਨੂੰ ਦਿਸ ਰਹੀ ਹੋ ਇਹ ਆਪਾਂ ਥੋੜਾ ਜਿਹਾ ਰੱਖ ਵੀ ਸਕਦੇ ਆ ਤੇ ਜਾ ਇਹਦੀ ਗੜਾਈ ਕਰ ਦਾਂਗੇ ਸਰੋਂ ਦੀ ਅੱਜ ਇਹੀ ਵਿਸ਼ਾ ਸੀਗਾ ਵੀ ਮਸਰੀ ਤੇ ਵੀ ਪਾ ਦਈਏ ਜਿਵੇਂ ਹਰ ਵਿਸ਼ੇ ਤੇ ਵੀਡੀਓ ਆਉਣਗੀਆਂ ਮੂੰਗੀਆਂ ਤੇ ਵੀ ਪਾਵਾਂਗੇ ਛੋਲ ਤੇ ਜਰੂਰ ਮੇਰਾ ਭਰਾ ਥੋੜੀ ਥੋੜੀ ਹਰੇਕ ਚੀਜ਼ ਬੀਜਿਆ ਕਰੋ ਹਿਸਾਰ ਯੂਨੀਵਰਸਿਟੀ ਤੋਂ ਲਿਆਂਦਾ ਸੀ ਬਾਈ ਇਹ ਮੰਗਾਇਆ ਮੈਂ ਤਾਂ ਕਿਸੇ ਨੂੰ ਆਈ ਨਹੀਂ ਪਤਾ ਕਿਥੋਂ ਆਇਆ ਅੱਛਾ ਹਿਸਾਰ ਤੋਂ ਭਰਾ ਨੇ ਬੀਜ ਮੰਗਵਾਇਆਗਾ ਮਸਰੀ ਦਾ ਜਦੋਂ ਇਹ ਮਸਰੀ ਹੋ ਗਈ ਏ ਥਾਂ 'ਚ ਪ੍ਰਮਾਤਮਾ ਦੀ ਕਿਰਪਾ ਨਾਲ ਕੋਈ ਮੀਂਹ ਬਰਸਾਤ ਨਾ ਆਈ ਤਾਂ ਫੇਰ ਤੁਹਾਨੂੰ ਦਿਖਾਵਾਂਗੇ ਇਹ ਉੱਗੀ ਹੋਈ ਦੀ ਵੀਡੀਓ ਪਾਵਾਂਗੇ ਪੱਕਣ ਤੱਕ ਪੱਕਣ ਤੱਕ ਤੇ ਸੁੰਡੀ ਵਗੈਰਾ ਪੈਂਦੀ ਹੂ ਬਾਈ ਇਹਨੂੰ ਹਨਾ ਇਹਨੂੰ ਹੋ ਸਕਦਾ ਪੈਂਦੀ ਹਾਂ ਪੈਂਦੀ ਜਿਵੇਂ ਮੂੰਗੀ ਨੂੰ ਪੈਂਦੀ ਮੂੰਗੀ ਨੂੰ ਬਹੁਤ ਜ਼ਿਆਦੇ ਪੈਂਦੀ ਆ ਹਾਂ ਇਹਨੂੰ ਵੀ ਆਪਾਂ ਦੇਖਾਂਗੇ ਨਾ ਪੈਂਦਾ ਹਾਂ ਹਾਂ ਤੇ ਇਹ ਜ਼ਰੂਰ ਧਿਆਨ ਚ ਰੱਖਣ ਵਾਲੀਆਂ ਗੱਲਾਂ ਨੇ ਅਸੀਂ ਨਹੀਂ ਸਾਡੇ ਸੁਰਤ ਤੋਂ ਪਹਿਲਾਂ ਉੱਠ ਬੀਜਗੇ ਜਿਹੜੀਆਂ ਮੂੰਗੀਆਂ ਮਸਰੀਆਂ ਜਾਂ ਗਵਾਰਾ ਸਾਡੀ ਮੈਂ ਉਹ ਵੱਡੇ ਤਾਂ ਹੈਗੇ ਆ ਗਮਾਰੇ ਪਰ ਮੈਂ ਕਿਉਂ ਉੱਠੋ ਹੁਣ ਵੀ ਹੈਗੇ ਨੇ ਹਜੇ ਕਿਤੇ ਨਹੀਂ ਗਏ ਬਲਦ ਵੀ ਹੈਗੇ ਆ ਪਰਾ ਸਾਨੂੰ ਉਹ ਚੀਜ਼ਾਂ ਦਾ ਹਿਸਾਬ ਨਹੀਂ ਹੈਗਾ ਜਿਹੜਾ ਪੁਰਾਣੇ ਬੰਦਿਆਂ ਨੂੰ ਹਿਸਾਬ ਆਏ ਤੇ ਅਸੀਂ ਆ ਦੇਸੀ ਤਰੀਕੇ ਦਾ ਮੰਨ ਆਪਾਂ ਬੀਚ ਸਕਦੇ ਹਲੀਰੀ ਨਾਲ ਜਾ ਜਿਵੇਂ ਹੁਣ ਮੇਰੇ ਕਾਰੀਗਰ ਪੁਰਾਣੇ ਮਸ਼ੀਨਾਂ ਬਣਾਤੀਆਂ ਹੁਣ ਅਲੱਗ-ਅਲੱਗ ਮੰਨ ਜਿਹੜੀਆਂ ਪਾਉਣੀਆਂ ਹੁਣ ਥੱਲੇ ਲਾਗਦੇ ਨੇ ਪਹਿਲਾਂ ਆਸ਼ੇ ਟਰੈਕਟਰਾਂ ਦੇ ਮਸ਼ੀਨਾਂ ਦਾ ਹੀ ਫਰਕ ਸੀ ਜੈਕ ਲਾ ਕੇ ਚੱਲਣੀ ਪੈਂਦੀ ਸੀ ਮਸ਼ੀਨ ਉੱਚੀ ਨੀਵੀਂ ਦਾ ਉਹ ਵੀ ਕਿਸਾਨ ਬੰਦਾ ਹੀ ਬੀਚ ਸਕਦਾ ਅੱਜ ਕੱਲ ਤਾਂ ਮੰਨ ਬਹੁਤ ਤਾਕੜੇ ਸਿਸਟਮ ਕੱਢ ਤੇ ਮੇਰੇ ਮਿਸਤਰੀ ਵੀਰਾਂ ਨੇ ਕਾਰੀਗਰ ਵੀਰਾਂ ਨੇ ਤੇ ਇਹ ਬਸ ਦੋ ਕਕਨਾਲਾ ਅੱਜ ਮਸਰੀ ਦੀਆਂ ਬੀਜਨੀਆਂ ਨੇ ਤੇ ਇਹੀ ਮੇਰਾ ਵਿਸ਼ਾ ਸੀਗਾ ਵੀ ਭਰਾਵਾਂ ਨਾਲ ਮਸਰੀ ਦੇ ਵਿਸ਼ੇ ਤੇ ਵੀ ਗੱਲ ਸਾਂਝੀ ਕਰੀਏ ਫਿਰ ਇੱਕ ਜਦੋਂ ਮੂੰਗੀ ਦਾ ਸਮਾਂ ਆਇਆ ਉਹ ਤਾਂ ਅੱਗੇ ਜਾ ਕੇ ਆਉਣਾ ਉਹਦੋਂ ਮੂੰਗੀ ਤੇ ਵੀ ਆਉਣਗੀਆਂ ਵੀਡੀਓਾਂ ਤੇ ਸਰਦੂਲੇ ਵਾਲਾ ਵੱਡਾ ਭਾਈ ਵੀਰ ਸਿੰਘ ਵੀਰਸਾ ਤੇ ਇਹ ਬੀਜ ਰਿਹਾ ਅੱਜ ਮਸਰੀ ਇੱਕ ਦੇਖਦੇ ਵੀ ਦਿਖਾ ਦਿੱਤਾ ਨੇ ਤੇ ਸਾਰੇ ਭਰਾਵਾਂ ਨੂੰ ਸਸਰੀ ਕਾਲ ਜੀ ਤੇ ਆ ਸਰੋਂ ਦੀ ਗੁੱਡਗੜਾਈ ਕਰ ਦਾਂਗੇ ਪਹਿਲਾਂ ਬਾ ਪਹਿਲਾਂ ਇੱਥੇ ਪੁਰਾਣੇ ਸਮੇਂ ਚ ਸਰੋਂ ਸੀ ਆਪਣਾ ਪਿਛਲੇ ਸਾਲ ਦੇਖੋ ਧਰਤੀ ਨੇ ਉਹ ਸਰੋਂ ਦਾ ਬੀਜ ਉਦੋਂ ਬਾਅਦ ਇੱਥੇ ਝੋਨਾ ਲੱਗਿਆ ਝੋਨੇ ਚ ਵੀ ਧਰਤੀ ਨੇ ਬੀਜ ਨੂੰ ਹਾਂ ਮੂੰਗੀ ਦਵਾ ਚੋ ਨਾ 20 ਸਾਮਕੇ ਰੱਖਿਆ ਪਾਣੀ ਲੱਗੇ ਮੇਲਾ ਹੂੰ ਕਿੰਨੇ ਪਾਣੀ ਲੱਗੇ ਝੋਨੇ ਚ ਸਰੋਂ ਦਾ 20 ਨੀ ਕਿਧਰੇ ਵੀ ਗਿਆ ਦਵਾਈ ਵੀ ਬਈ ਵੇਖੋ ਦਵਾਈ ਨਾ ਕੋਈ ਹਾਂ ਦਵਾਈਆਂ ਪਈਆਂ ਤੇ ਆ ਰੁੱਤਾ ਹੀ ਸਰੋਂ ਆਪਦੀ ਆਪ ਉਗਰੇ ਮੈਂ ਕਹਿੰਦਾ ਸਰੋਂ ਵੀ ਰੱਖ ਲੈ ਸਰੋਂ ਵੀ ਹੋ ਜਾ ਕੁਦਰਤ ਦੇ ਬਲ ਹਾਰੇ ਜਾਈਏ ਆਪਾਂ ਤੇ ਹਾਂ ਸਰੋਂ ਵੀ ਹੋ ਜੂਗੀ ਜੇ ਆਪਾਂ ਨਾ ਗੜਾਈ ਕੀਤੀ ਨਾ ਗੜਾਈ ਰੱਖ ਸਕਦੇ ਹਾਂ ਸਰੋਂ ਪਰ ਆਏ ਵੀ ਫਿਰ ਆਪਣੀ ਮਸਰੀ ਨੂੰ ਨਾ ਥੱਕਾ ਲੱਗ ਜੇ ਇਹ ਕਰਕੇ ਸੀ ਤਾਂ ਇਹ ਨੂੰ ਬਾਹਰ ਦੇ ਵੀ ਇਥੇ ਵੀ ਆਪਾਂ ਨੂੰ ਬੀਜ ਮਿਲਣ ਦੀ ਦਿੱਕਤ ਸੀ ਨਾ ਠੀਕ ਆ ਠੀਕ ਵੀ ਬੀਜ ਦੀ ਦਿੱਕਤ ਸੀਗੀ ਬੀਜ ਨਹੀਂ ਮਿਲਿਆ ਤਾਂ ਇਹ ਨੂੰ ਰੱਖ ਪ੍ਰਾਹ ਕਹਿੰਦਾ ਵੀ ਬੀਜ ਨਹੀਂ ਮਿਲਿਆ ਸੀ ਪਹਿਲਾਂ ਮਸਰੀ ਦਾ ਵੀ ਉਦੋਂ ਐਸ ਵੀ ਸਰੂ ਹੀ ਰੱਖ ਲਾਂਗੇ ਹੁਣ ਬੀਜ ਮਿਲ ਗਿਆ ਤੇ ਹੁਣ ਮਾਨੇ ਦੀ ਹੋ ਸਕਦਾ ਤਾਂ ਗੜਾਈ ਕਰ ਦਾਂਗੇ ਤੇ ਜੇ ਰੱਖੀ ਉਹ ਵੀ ਤੁਹਾਨੂੰ ਵੀਡੀਓ ਦਿਖਾ ਦਾਂਗੇ ਤੇ ਨਹੀਂ ਇਹਨੂੰ ਗੁੱਟ ਦਾਂਗੇ ਸਸਰੀ ਕਾਲ ਜੀ ਸਾਰੇ ਵੀਰਾਂ ਨੂੰ